ਇਹ ਗੁਜਰਾਤ ਤੋਂ ਇਲਾਵਾ ਸਮਝੋ ਕਿ ਪੂਰੇ ਪਾਕਿਸਤਾਨ 'ਚ ਕੋਈ ਹੋਰ ਬੰਦਾ ਨਹੀਂ ਬਣਾਉਂਦਾ। ਇਹਦੇ ਨਾਲ ਦਾ ਕੰਮ ਸਾਰੇ ਤਕਰੀਬਨ ਪੂਰੇ ਪਾਕਿਸਤਾਨ ਵਿੱਚ ਨਹੀਂ ਹੋ ਰਿਹਾ। ਸਾਡੇ ਜਿਹੜੇ ਬਜ਼ੁਰਗ ਨੇ ਇਹ ਤਾਂ ਆਲਰੇਡੀ ਕੰਮ ਕਰਦੇ ਆ ਰਹੇ ਨੇ। ਸਨ 65 ਤੋਂ ਪਹਿਲਾਂ ਤਾਂ ਮੈਂ ਕਰਨ ਲੱਗੇ ਹਾਂ। ਅੱਗੇ ਆਮ ਜ਼ਿਆਦਾ ਦੇਸੀ ਕੰਮ ਹੀ ਕਰਦਾ ਰਿਹਾ। ਇੱਕ ਸ਼ੌਕ ਐਵੇਂ ਦਿਲ ਦੇ ਉੱਠਿਆ ਅਤੇ ਉਹ ਮੈਂ ਬਣਾਉਣਾ ਸ਼ੁਰੂ ਕਰ ਦਿੱਤਾ। ਐਵੇਂ ਕੋ ਲਹਾਈ ਐਵੇਂ ਕਿ ਇਹ ਸ਼ੌਕ ਨਾਲ ਮੈਂ ਇਹ ਨਪਾੜਾਂ, ਬਿਲਕੁਲ ਨਪਾੜਾਂ। ਇਹ ਦਿਲ ਦੇ ਵਿੱਚ ਸ਼ੌਕ ਉੱਠਿਆ ਤਾਂ ਡਿਜ਼ਾਇਨ ਬਣਾਈਆਂ ਉਹਨਾਂ। ਐਂ ਵੇਖੋ ਨਾ, ਐਵੇਂ ਸ਼ੇਰ ਜਿਹੜਾ ਵੀ ਲੱਭ ਗਿਆ ਨਾ, ਲਹਾ ਲਿਆ ਅਤੇ ਇੱਥੇ ਮੈਂ ਆਪ ਨਿਕਾਸੀ ਕਰ ਲੈਂਦਾ। ਯਾਦਗਾਰ ਪਾਕਿਸਤਾਨ ਜੀ, ਇਹ ਕਿਲ੍ਹਾ, ਇਹ ਬਾਦਸ਼ਾਹੀ ਮਸਜਿਦ ਹੈ। ਇਹਨੂੰ ਮਧਾਣੀ ਦੇ ਵਿੱਚ ਪਾ ਕੇ ਅਤੇ ਰਿੜਕੀ ਦਾ ਰਿੜਕ ਅਤੇ ਉਹਨੂੰ ਪੁਣੀ ਦਾ, ਜਿਹੜਾ ਵਿੱਚ ਗੰਦ ਮੁੰਦਾ ਹੈ ਨਾ, ਸਾਰਾ ਕੱਢ ਹੜੀਦਾ। ਉਹਨੂੰ ਫਿਰ ਸਖਤ ਕਰੀਦਾ, ਪਹਾੜਾਂ ਦੇ ਵਿੱਚ ਜਾ ਕੇ ਆਪ ਮੈਂ ਰੰਗ ਲਿਆਉਂਦਾ ਪੂਰੇ ਤੁਹਾਡੇ ਆ। ਕੋਈ ਰਾਤ ਦੇ ਵਿੱਚ ਕੋਈ ਰੰਗ ਨਹੀਂ, ਕਿਸੇ ਨੂੰ ਪਤਾ ਹੀ ਕੋਈ ਨਹੀਂ ਹੈ ਰੰਗ। ਦੋ ਪੁੱਤਰ ਨੇ ਅਤੇ ਇੱਕ ਬਜ਼ੁਰਗ ਸਾਡੇ ਦੇਸੀ ਕੰਮ ਹੀ ਕਰਦੇ ਰਹੇ ਨੇ, ਘੜੇ ਛੜੇ ਇਹੋ ਜਿਹੀਆਂ ਚੀਜ਼ਾਂ ਪੁਰਾਣੀਆਂ। ਅਤੇ ਇਹ ਤਾਂ ਮੇਰੇ ਦਿਲ ਵਿੱਚ ਸ਼ੌਕ ਆਇਆ ਤਾਂ ਬਸ ਅੱਲਾਹ ਨੇ ਮਿਹਰਬਾਨੀ ਕਰ ਦਿੱਤੀ। ਮੈਂ ਸ਼ੌਕੀ ਤੌਰ ਬਣਾਉਣਾ ਤਾਂ ਰਿਜ਼ਕ ਤਾਂ ਰੱਬ ਨੇ ਦੇਣਾ ਹੀ ਦੇਣਾ। ਪਲੇਟਾਂ ਬਣਾਈ ਦੀਆਂ ਨੇ ਤਰੈ ਸਾਲ ਦੀਆਂ, ਔਰ ਡੋਂਗੇ ਬਣਾਈ ਦੇ ਨੇ, ਟਰੇ ਬਣਾਈ ਦੇ ਨੇ ਐਜ ਇਟ, ਔਰ ਵਾਟਰ ਸੈੱਟ ਨੇ, ਟੀ ਸੈੱਟ ਬਣਾਈ ਦੇ ਨੇ। ਜਿਹੜੇ ਬਜ਼ੁਰਗ ਨੇ ਇਹ ਤਾਂ ਆਲਰੇਡੀ ਕੰਮ ਕਰਦੇ ਆ ਰਹੇ ਨੇ ਕੋਈ ਸਨ 40-45 ਤੋਂ। ਠੀਕ ਹੈ, ਉਸਲੇ ਤਾਂ ਜ਼ਿਆਦਾ ਹੈਂਡੀਕ੍ਰਾਫਟ ਹੱਥ ਦੇ ਕੰਮ ਹੁੰਦਾ ਸੀ, ਅਤੇ ਹੁਣ ਜਿਹੜਾ ਨਾ ਕੋਈ 20-22 ਸਾਲ ਤੋਂ ਇਹ ਕੰਮ ਦੇ ਵਿੱਚ ਥੋੜ੍ਹੀ ਡਿਵੈਲਪਮੈਂਟ ਹੋਈ ਹੈ ਅਤੇ ਕੰਮ ਮਾਡੀਫਿਕੇਸ਼ਨ ਅਤੇ ਮਾਡਲਾਂ 'ਤੇ ਆ ਗਿਆ। ਹੁਣ ਉਹ ਹੱਥ ਵਾਲੇ ਕਾਰੀਗਰ ਤੁਹਾਨੂੰ ਘੱਟ ਹੀ ਲੱਭਣ ਦੇ ਜਾਂ ਨਹੀਂ ਲੱਭਣ ਲੱਗੇ, ਬੜੀ ਮੁਸ਼ਕਲ ਹੈ। ਹੁਣ ਸੱਚੇ ਦੇ ਵਿੱਚ ਹੀ ਕੰਮ ਹੈ ਜਿਹੜਾ ਅਸੀਂ ਕਰਨੇ ਹਾਂ ਪਏ, ਜਿਹੜਾ ਉਹਦੇ ਵਿੱਚ ਥੋੜ੍ਹੀ ਡਿਜ਼ਾਇਨਿੰਗ ਹੱਥ ਨਾਲ ਵੀ ਕਰੀ ਦੀ ਹੈ, ਫਿਨਿਸ਼ਿੰਗ ਵਗੈਰਾ ਉਹਦੇ ਹੱਥ ਨਾਲ ਕਰੀ ਦੀ ਹੈ। ਥੋੜ੍ਹਾ ਕੰਮ ਉਹਦੇ ਵਿੱਚ ਸੱਚੇ ਦਾ ਹੁੰਦਾ, ਥੋੜ੍ਹਾ ਹੱਥ ਦਾ ਹੁੰਦਾ। ਇਹ ਛੋਟੀ ਪਲੇਟ, ਸਮਾਲ ਪਲੇਟ, ਉਸ ਤੋਂ ਬਾਅਦ ਇਹ ਮੀਡੀਅਮ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਵੱਡੀ ਪਲੇਟ ਹੈ। ਠੀਕ ਹੈ ਜੀ, ਇਹ ਤਿੰਨ ਸਾਈਜ਼ ਪਲੇਟਾਂ ਨੇ। ਇਹ ਰਾਈਸ ਟ੍ਰੇਵ ਹੈ, ਛੋਟਾ ਡੂੰਘਾ, ਠੀਕ ਹੋ ਗਿਆ ਜੀ, ਵੱਡਾ ਡੂੰਘਾ ਵੀ ਹੈ। ਠੀਕ ਹੋ ਗਿਆ ਜੀ, ਛੋਟੀ ਡਿਸ਼, ਕਰੀ ਡਿਸ਼ ਸਾਲਨ ਵਾਸਤੇ। ਇਹ ਜੱਗ ਹੋ ਗਿਆ, ਨਾਲੇ ਗਲਾਸ ਹੋ ਗਿਆ,
ਤੇ ਸਾਡੇ ਕੋਲ ਮੁਖਤਲਿਫ ਕਿਸਮ ਦੇ ਤਕਰੀਬਨ ਕੋਈ 11-12 ਡਿਜ਼ਾਈਨ ਨੇ, ਪਲੇਟਾਂ ਵਿੱਚ ਵੀ, ਇਸੇ ਤਰ੍ਹਾਂ ਦੇ ਜੱਗਾਂ ਵਿੱਚ ਵੀ, ਗਲਾਸਾਂ ਵਿੱਚ ਵੀ। ਇਹ ਜਨਾਬ ਅਸੀਂ ਇੱਕ ਦਿਨ ਮਿੱਟੀ ਬਣਾਉਂਦੇ ਹਾਂ, ਅਤੇ ਹੁਣ ਤਾਂ ਮਿੱਟੀ ਮਸ਼ੀਨ 'ਚ ਬਣਦੀ ਹੈ ਮਧਾਣੀ ਨਾਲ ਹੀ, ਠੀਕ ਹੈ। ਉਹ ਘੰਟੇ ਡੇਢ ਦੋ ਘੰਟੇ ਵਿੱਚ ਮਿੱਟੀ ਤਿਆਰ ਹੋ ਜਾਂਦੀ ਹੈ। ਉਸ ਤੋਂ ਬਾਅਦ ਉਸ ਮਿੱਟੀ ਨੂੰ ਜਿਹੜਾ ਰਿਫਾਈਨ ਕਰਕੇ ਪੁਣ ਕੇ, ਅਤੇ ਫਿਰ ਸੱਚੇ ਦੇ ਵਿੱਚ ਜਿਹੜਾ ਜੱਗ ਨੂੰ ਬਣਾਇਆ ਜਾਂਦਾ। ਜੱਗ ਜਿਹੜਾ ਇੱਕ ਦਿਨ 'ਚ ਉਹਨੂੰ ਬਣਾਈਦਾ, ਗਰਮੀਆਂ ਦੇ ਸੀਜ਼ਨ ਦੇ ਵਿੱਚ ਅਤੇ ਇੱਕ ਦਿਨ ਬਣਾਈਦਾ, ਅਤੇ ਦੂਸਰੇ ਦਿਨ ਸੱਚੇ ਦੇ ਵਿੱਚ ਬਾਹਰ ਨਿਕਲ ਆਉਂਦਾ, ਠੀਕ ਹੈ ਜੀ। ਅਤੇ ਸਰਦੀਆਂ ਵਿੱਚ ਥੋੜ੍ਹਾ ਲਾਈਟ ਲੇਟ ਵੀ ਕਰਦਾ। ਕੁਝ ਆਈਟਮਾਂ ਐਸੀਆਂ ਨੇ ਕਿ ਜਿਹੜੇ ਜਿਹੜੀਆਂ ਨੇ ਜੱਗ ਹੈਂਡਲ ਸਮੇਤ ਵੀ ਬਣਦਾ ਜੱਗੇ ਦੇ ਸੱਚੇ ਦੇ ਵਿੱਚ, ਅਤੇ ਕੁਝ ਜਿਹੜਾ ਅਸੀਂ ਹੈਂਡਲ ਲੈਦਾ ਲਾਉਂਦੇ ਹਾਂ ਕਿ ਫਿਰ ਇਹਨੂੰ ਖੁਸ਼ਕ ਕਰੀਦਾ। ਖੁਸ਼ਕ ਹੋ ਜਾਂਦਾ ਫਿਰ ਇਹਦੀ ਸਫਾਈ ਕਰੀਦੀ ਹੈ। ਸਫਾਈ ਕਰਕੇ ਫਿਰ ਇਹਨੂੰ ਰੰਗ ਚੜ੍ਹਾਈਦਾ, ਰੰਗ ਚੜ੍ਹਾ ਕੇ ਫਿਰ ਇਹਨੂੰ ਜਿਹੜਾ ਪਾਲਿਸ਼ ਕਰਕੇ ਫਿਰ ਭੱਠੀ ਦੇ ਵਿੱਚ ਜੋੜ ਦਿੱਤਾ ਜਾਂਦਾ। ਅਤੇ ਭੱਠੀ ਦੇ ਵਿੱਚ ਜੋੜਨ ਤੋਂ ਬਾਅਦ ਭੱਠੀ ਨੂੰ ਅੱਗ ਦੇਈਦੀ ਹੈ ਫਿਰ ਤਕਰੀਬਨ 10-1 ਘੰਟੇ। ਬਰਤਨ ਤਿਆਰ ਹੋਣ ਦਾ ਪ੍ਰੋਸੈਸ ਜਿਹੜਾ 2-3 ਦਿਨ ਦੇ ਵਿੱਚ ਬਰਤਨ ਤਿਆਰ ਹੋ ਜਾਂਦਾ, ਠੀਕ ਹੈ। ਲੇਕਿਨ ਉਹ ਫਿਰ ਗੁਥਰੂ ਪ੍ਰੋਪਰ ਚੈਨਲ ਸਾਡਾ ਇੱਕ ਲੇਅਰ ਬਣੀ ਹੈ, ਉਹ ਚੱਲਦੀ ਜਾਂਦੀ ਹੈ ਨਾ। ਅਤੇ ਇਹ ਸਾਡੀ ਭੱਠੀ ਇੱਕ ਤਕਰੀਬਨ 1 ਮਾਹ ਵਿੱਚ ਇੱਕ ਭੱਠੀ ਤਕਰੀਬਨ ਸਾਡੀ ਤਿਆਰ ਹੁੰਦੀ ਹੈ। ਜੱਗ ਗਲਾਸ ਤਾਂ ਹੋਰ ਬੰਦੇ ਵੀ ਬਣਾਉਂਦੇ ਨੇ, ਲੇਕਿਨ ਇਸ ਨੋਈਏ ਦਾ ਕੋਈ ਨਹੀਂ ਬਣ ਰਿਹਾ। ਇਹ ਖਾਸ ਇੱਕ ਇਹਦੇ 'ਤੇ ਕਲਰ ਵੀ ਅਸੀਂ ਖਾਸ ਚੜ੍ਹਾਉਂਦੇ ਹਾਂ। ਡਿਨਰ ਸੈੱਟ ਦੀ ਜਿਹੜੀ ਦੂਸਰੀ ਆਈਟਮ ਹੈ ਸਾਰੀ, ਇਹ ਗੁਜਰਾਤ ਤੋਂ ਇਲਾਵਾ ਸਮਝੋ ਕਿ ਪੂਰੇ ਪਾਕਿਸਤਾਨ 'ਚ ਕੋਈ ਹੋਰ ਬੰਦਾ ਨਹੀਂ ਬਣਾਉਂਦਾ।